ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਨਵਾਂ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੀਐਸਪੀਸੀਲ ਭਰਤੀ ਨੂੰ ਲੈ ਕੇ ਆ ਚੁੱਕਿਆ ਹੈ ਜੀ ਨਵੀਂ ਰਿਕਰੂਟਮੈਂਟ ਬਿਲਕੁਲ ਆਊਟ ਕੀਤੀ ਗਈ ਹੈ ਕਿੱਦਾਂ ਕਿੱਦਾਂ ਅਪਲਾਈ ਕਰਨਾ ਹੈ ਕੌਣ ਅਪਲਾਈ ਕਰ ਸਕਦਾ ਹੈ ਕੀ ਕੀ ਇਨਫੋਰਮੇਸ਼ਨ ਤੁਹਾਨੂੰ ਰਿਕੁਆਇਰਡ ਹੋਏਗੀ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਜੀ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇਣਾ ਬੈਲ ਆਈਕਨ ਦਬਾਦਣਾ ਤਾਂਕਿ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਬਾਕੀ ਇਸ ਤੋਂ ਇਲਾਵਾ ਜਿਹੜੀਆਂ ਵੈਕੈਂਸੀਜ਼ ਆਈਆਂ ਨੇ ਉਹਨਾਂ ਦੀ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਜੋ ਕਿ ਹੈ meetacademy.xyz ਉਥੋਂ ਜਾ ਕੇ ਤੁਸੀਂ ਪੂਰੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਨਵੀਂ-ਨਵੀਂ ਵੈਕੈਂਸੀਸ ਲੈ ਕੇ ਆਂਦਾ ਹੀ ਰਵਾਂਗਾ ਸੋ ਤੁਸੀਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਔਰ ਇਸੇ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਜੇ ਅਗਰ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਉਥੋਂ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੋਏਗਾ ਜੀ ਅਪਲਾਈ ਕਰਨ ਦੇ ਲਈ ਜਿੱਦਾਂ ਤੁਸੀਂ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਉੱਥੋਂ ਤੁਹਾਨੂੰ ਐਪਲੀਕੇਸ਼ਨ ਜਿਹੜਾ ਫਾਰਮੈਟ ਆ ਉਹ ਵੀ ਮਿਲ ਜਾਏਗਾ ਪ੍ਰੋਪਰ ਜਿਹੜਾ ਨੋਟੀਫਿਕੇਸ਼ਨ ਪੀਡੀਐਫ ਹੈ ਪਲੱਸ ਇਸ ਦੇ ਨਾਲ ਅਪਲਾਈ ਕਰਨ ਦਾ ਲਿੰਕ ਵੀ ਮਿਲ ਜਾਏਗਾ ਜਿੱਦਾਂ ਤੁਸੀਂ ਅਪਲਾਈ ਕਰਨ ਦੇ ਲਿੰਕ ਤੇ ਕਲਿੱਕ ਕਰਦੇ ਹੋ ਇਹ ਵਾਲੀ ਆਪਸ਼ਨ ਤੁਹਾਡੇ ਕੋਲ ਆ ਜਾਏਗੀ ਉੱਥੇ ਤੁਸੀਂ ਲੌਗ ਇਨ ਕਰਨਾ ਹੈ ਸਭ ਤੋਂ ਪਹਿਲਾਂ ਓਕੇ ਕਰ ਦੇਣਾ ਜੀ ਇਹਨੂੰ ਜਿੱਦਾਂ ਤੁਸੀਂ ਓਕੇ ਕਰ ਦਿੰਦੇ ਤੁਸੀਂ ਇੱਥੇ ਆ ਜਾਓਗੇ ਔਰ ਇੱਥੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ ਅਗਰ ਤੁਸੀਂ ਇਹ ਤੋਂ ਪਹਿਲਾਂ ਤੋਂ ਹੀ ਲੌਗ ਇਨ ਰਜਿਸਟਰਡ ਹੋ ਠੀਕ ਹੈ ਜੀ ਤਾਂ ਤੁਸੀਂ ਇੱਥੇ ਲੌਗ ਇਨ ਸਿੱਧਾ ਕਰ ਲੈਣਾ ਈਦਰ ਨਹੀਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਥੇ ਰਜਿਸਟਰਡ ਕਰਕੇ ਲੌਗ ਇਨ ਕਰਨਾ ਹੋਏਗਾ ਲੌਗ ਇਨ ਕਰਕੇ ਤੁਹਾਨੂੰ ਆਪਣੀ ਐਪਲੀਕੇਸ਼ਨ ਫਾਈਲ ਲਈ ਜੀ ਉਹ ਭਰਨੀ ਹੋਏਗੀ ਜਿੱਦੇ ਵਿੱਚ ਤੁਹਾਨੂੰ ਆਪਣੇ ਡਿਟੇਲ ਤੁਹਾਡਾ ਨਾਮ ਔਰ ਤੁਹਾਡੇ ਡਾਕੂਮੈਂਟ ਜਿਹੜੇ ਨੇ ਉਹ ਤੁਹਾਨੂੰ ਪ੍ਰੋਪਰ ਜਿਹੜੇ ਨੇ ਭਰਨੇ ਪੈਣਗੇ ਤੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ اگلی ਤੁਹਾਡੀ اپلیکیشن سبمٹ ہو جائے گی اور اس ਤੋਂ ਬਾਅਦ ਤੁਸੀਂ ਵਾਪਸ ਆ ਜਾਓਗੇ ਨੋਟੀਫਿਕੇਸ਼ਨ ਨੂੰ ਇੱਕ ਰੱਡ ਕੇ ਪ੍ਰੋਪਰ ਫੇਰ ਹੀ ਤੁਸੀਂ ਅਪਲਾਈ ਕਰੋਗੇ ਜੀ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਨੋਟੀਫਿਕੇਸ਼ਨ ਦੇ ਉੱਤੇ ਤੇ ਉੱਥੇ ਜਾ ਕੇ ਬਾਕੀ ਦੀ ਡਿਟੇਲ ਜਿਹੜੀ ਜੀ ਉਹ ਸ਼ੇਅਰ ਕਰ ਦਿੰਨਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਇਹ ਨੋਟੀਫਿਕੇਸ਼ਨ ਜਿਹੜਾ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਨਤਾਨਗਰ ਦਿਵਾਨ ਨਿਉਂਦਿਆਣਾ ਵਿਖੇ ਜਿਹੜੀ ਹੈ ਜੀ ਉਹ ਆਊਟ ਕੱਢਿਆ ਗਿਆ ਡਿਵੀਜ਼ਨ ਲੁਧਿਆਣਾ ਹੈ ਸੋ ਇਸ ਦੇ ਵਿੱਚ ਇਹ ਸਟੇਟ ਗਵਰਨਮੈਂਟ ਵੱਲੋਂ ਜਿਹੜੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਜੀ ਇਸ ਦੇ ਵਿੱਚ 5 ਡੇ ਵਰਕਿੰਗ ਤੁਹਾਡਾ ਜਿਹੜਾ ਹੈ ਜੀ ਉਹ ਰਹੇਗਾ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਨੇ ਉਹ ਕਿਹੜੇ-ਕਿਹੜੇ ਆਊਟ ਹੋਈਆਂ ਨੇ ਸੋ ਇਸ ਦੇ ਵਿੱਚ ਤੁਹਾਡੀ ਲੋਕੇਸ਼ਨ ਜਿਹੜੀ ਹੈ ਜੀ ਪੰਜਾਬ ਹੀ ਰਹਿਣ ਵਾਲੀ ਹੈ ਲੁਧਿਆਣਾ ਤੁਹਾਡੀ ਜਿਹੜੀ ਲੋਕੇਸ਼ਨ ਰਹੇਗੀ ਇਸ ਦੇ ਵਿੱਚ ਮਿਨੀਮਮ ਕੁਆਲਿਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ ਤਾਂ 8th ਪਾਸ 10th ਪਾਸ 12th ਪਾਸ ਕੈਂਡੀਡੇਟ ਐਲੀਜੀਬਲ ਨੇ ਲੇਕਿਨ ਤੁਹਾਡੀ ਮੇਨ ਜਿਹੜੀ ਕੁਆਲਿਫਿਕੇਸ਼ਨ ਆ 8th ਪਾਸ ਇਸ ਦੇ ਵਿੱਚ ਮੰਗੀ ਗਈ ਹੈ ਸੋ ਇਸ ਦੇ ਵਿੱਚ ਅਗਰ ਗੱਲ ਕਰਾਂ ਵੈਕੈਂਸੀਸ ਦੀ ਕਿਹੜੀਆਂ ਵੈਕੈਂਸੀਸ ਆਊਟ ਹੋਈਆਂ ਨੇ ਤਾਂ ਅਪ੍ਰੈਂਟਿਸ ਦੀਆਂ ਜਿਹੜੀਆਂ ਨੇ ਲਾਈਨਮੈਨ ਦੀਆਂ ਵੈਕੈਂਸੀਸ ਨੇ ਉਹ ਆਊਟ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ ਤੁਹਾਨੂੰ ਜਿਹੜਾ ਇਹ ਜੀ ਸੈਕਟਰ ਜਿਹੜਾ ਰਹੇਗਾ ਉਹ ਇਲੈਕਟ੍ਰੀਕਲ ਇਨਕਲੂਡਿੰਗ ਨਿਊ ਐਂਡ ਰੀਨਿਊਏਬਲ એનર્ਜੀ ਜਿਹੜਾ ਜੀ ਤੁਹਾਡਾ ਸੈਕਟਰ ਹੋ ਰਹਿਣ ਵਾਲਾ ਹੈ ਇਹਦੇ ਵਿੱਚ ਤੁਹਾਡੀ ਡਿਊਰੇਸ਼ਨ ਜ ਦੇ ਵਿੱਚ ਤੁਹਾਨੂੰ ਜਿਹੜੀ ਹੈ ਅਗਰ ਮੈਂ ਗੱਲ ਕਰਾਂ ਕਿ ਤੁਹਾਨੂੰ ਸੈਲਰੀ ਜਿਹੜੀ ਕਿ ਦਿੱਤੀ ਜਾਏਗੀ ਮੈਨੂੰ ਸਟਾਈਪੈਂਡ ਕੀ ਦਿੱਤਾ ਜਾਏਗਾ ਜੋ ਕਿ 7700 ਤੋਂ ਲੈ ਕੇ 8050 ਰੁਪਏ ਤੁਹਾਡੀ ਪਰ ਮੰਥ ਜਿਹੜੀ ਹੈ ਜੀ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਔਰ ਪਲੱਸ ਸੈਲਰੀ ਵੀ ਤੁਹਾਨੂੰ ਮਿਲਦੀ ਹੈ ਜੀ ਔਰ ਇਸ ਦੇ ਵਿੱਚ ਟੋਟਲ ਨੰਬਰ ਆਫ ਓਪਨਿੰਗ ਦੀ ਗੱਲ ਕਰਾਂ ਤਾਂ 52 ਵੈਕੈਂਸੀ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ ਸੋ ਇਸ ਚੀਜ਼ ਦਾ ਤੁਸੀਂ ਜਿਹੜਾ ਜੀ ਉਹ ਧਿਆਨ ਰੱਖਣਾ ਹੋਵੇਗਾ ਕਿ ਇਹ ਵੈਕੈਂਸੀ ਜਿਹੜੀਆਂ ਨੇ ਇਹਨਾਂ ਨੈਪ ਦੇ ਪੋਰਟਲ ਦੇ ਉੱਪਰ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਸੋ ਉੱਥੇ ਜਾ ਕੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗਾ ਤੁਸੀਂ ਸਿੱਧਾ ਜਾ ਕੇ ਪੜ ਕੇ ਕਲਿੱਕ ਕਰਕੇ ਅਪਲਾਈ ਜਿਹੜਾ ਜੀ ਉਹ ਕਰ ਲਵੋਗੇ ਮੈਨੂੰ ਪਤਾ ਹੈ ਕਾਫੀ ਸਾਰੇ ਕੈਂਡੀਡੇਟ ਇੰਟਰਸਟਡ ਨਹੀਂ ਹੁੰਦੇ ਅਪ੍ਰੈਂਟਿਸ ਦੀ ਪੋਸਟਾਂ ਦੇ ਲਈ ਲੇਕਿਨ ਇਹਦੇ ਲਈ ਤੁਹਾਨੂੰ ਇੱਕ ਚੀਜ਼ ਦਾ ਫਾਇਦਾ ਹੋ ਜਾਂਦਾ ਜੀ ਕੱਲ ਨੂੰ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਉਹ ਕਾਊਂਟ ਹੁੰਦਾ ਹੈ ਔਰ ਤੁਸੀਂ ਕੱਲ ਨੂੰ ਕਿਸੇ ਵੀ ਐਕਸਪੀਰੀਅੰਸ ਪੋਸਟਾਂ ਦੇ ਲਈ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਲਈ ਵੀ ਐਲੀਜੀਬਲ ਹੁੰਦੇ ਹੋ ਜਿੱਦਾਂ ਕਿ ਹਰ ਵਾਰ ਦੀ ਤਰ੍ਹਾਂ ਪੀਐਸਪੀਸੀਐਲ ਦੇ ਵਿੱਚ ਵੈਕੈਂਸੀਜ਼ ਕੱਢੀਆਂ ਹੀ ਜਾਂਦੀਆਂ ਨੇ ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਜੀ ਇਸ ਦੇ ਵਿੱਚ ਅਪ੍ਰੈਂਟਿਸ ਜਿੰਨਾਂ ਲਗਾਈ ਹੁੰਦੀ ਹੈ ਉਹਨਾਂ ਨੂੰ ਜਿਹੜੀ ਹੈ ਪ੍ਰਾਇੋਰਟੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਸ ਵਲੋਂ ਸੋ ਇਹ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਲਿੰਕ ਤੁਹਾਨੂੰ ਸਾਰੇ ਡਿਸਕ੍ਰਿਪਸ਼ਨ ਜਿਵੇਂ ਦੇ ਦਿੱਤੇ ਨੇ ਕੋਈ ਡਾਊਟ ਹੋਏਗਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਤੇ ਹੁਣ ਤੁਹਾਨੂੰ ਮਿਲਦੇ ਆ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਜੀ ਤਦ ਤੱਕ ਦੇ ਲਈ ਧੰਨਵਾਦ ਜੀ